ਇੱਕ ਦੋਸ਼ੀ ਅਰੈਸਟ ਕੀਤਾ ਅਸੀਂ ਰਾਹੁਲ ਕੁਮਾਰ ਇਹਦਾ ਨਾਮ ਹੈ ਕੋਟ ਖਾਲਸਾ ਦਾ ਰਹਿਣ ਵਾਲਾ ਇਹਦੇ ਕੋਲ ਅਸੀਂ ਸਾਡੀ ਪੁਲਿਸ ਪਾਰਟੀ ਸੀ ਐੱਸ ਆਈ ਜਗਜੀਤ ਸਿੰਘ ਅਤੇ ਐੱਸ ਆਈ ਅਰਜਨ ਕੁਮਾਰ ਇਸ ਦੇ ਦੌਰਾਨ ਪ੍ਰੀਤ ਐਵਨਿਊ ਤੋਂ ਅਸੀਂ ਗ੍ਰਿਫਤਾਰ ਕਰਕੇ ਇਹਦੇ ਕੋਲ 800 ਕੈਪਸੂਲ ਪਾਰਵੰਸ ਪਾਸ ਦੇ ਬਰਾਮਦ ਕੀਤੇ ਆ ਇਹਨੂੰ ਅੱਜ ਕੋਰਟ 'ਚ ਪੇਸ਼ ਕਰਕੇ ਮਾਨਜੋ ਕੋਰਟ ਤੋਂ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੋਰ ਬਰੀਕੀ ਨਾਲ ਕੋਸ਼ਿਸ਼ ਕਰਕੇ ਇਹਦੇ ਜਿਹੜੇ ਗਰੋਹ ਦਾ ਪੂਰਾ ਸਾਹਮਣੇ ਲਿਆਉਂਦਾ ਜਾਊਗਾ ਵੀ ਇਹ ਕਿੰਨਾ ਕੁ ਕੈਪਸੂਲ ਲੈਂਦਾ ਅਤੇ ਗਾਂ ਕਿੱਥੇ ਕਿੱਥੇ ਸਪਲਾਈ ਕਰਦਾ ਸਰ ਪਹਿਲਾਂ ਵੀ ਪਰਚੇ ਦਰਜ ਜੀ ਇਸ ਬਾਰੇ ਅਸੀਂ ਸਾਰੀ ਕੁੱਕ ਕਰ ਰਹੇ ਹਾਂ ਅੱਜ ਜਸਟ ਇਹਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਅਜੇ ਇਨੀਸ਼ੀਅਲ ਸਟੇਜ 'ਤੇ ਹੈਗੀ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਜਿਹੜੀ ਸਾਡੀ ਮੁਕੰਮਲ ਹੋਣ 'ਤੇ ਸਾਰੀ ਚੀਜ਼ਾਂ ਸਾਹਮਣੇ ਆ ਜਾਣਗੀਆਂ ਠੀਕ